मैं अपने वेखदा उत्ते पंजाब जिहड़ी बेचारी रोज कुट भी खाती है ना वह भी भुखी बैठी है तू सगो अज वध खा बखाव खा खा खाण लगी है कम से कम कुट तो खेड़ा तो छुट जाए तो वह भी भुखी बैठी सवेर दी भी लंबी उम्र होवे भी तेन अजे तक समझ नहीं आ रही सिर दे वाल पट छड़े मोहरां तेरियां सेक छड़ियां तू सो कह अगों पिछले एक खाने अज मैं तीन चार खावांगा उस पट नूं की अधिकार है उन्हूं इन्ना मुल्लां दा किहनूं हक दित्ता उहने कि जो ये कहे टिप्पणी गलत बोल रहा है साडी भावना नाल खिलवाड़ किया जा रहा है और असीं कदापि बर्दाश्त नहीं करांगे इहदी कानूनी कार्रवाई की जाए नहीं तो वह हिंदू समाज नूं सुत्ता होया ना समझे इहदे उत्ते ठोस कदम उठाया जाए फगवाड़ा विखे सर्वशक्ति सेना वालों एक मंग पत्र SP फगवाड़ा नूं दिता गया। इस मौके गलबात करदिया पंडित दीपक शास्त्री ने कहा कि सोशल मीडिया ते तेजी नाल सरबजीत सिंह धुंदा दी एक वीडियो वायरल हो रही है जिस विच सरबजीत सिंह धुंदा वालों करवा चौथ दे वर्त नूं पखंड दस्या गया है। करवा चौथ दा वर्त हर औरत अपने पति दी लंबी उम्र अते उसदी सुरक्षा वास्ते रखदी है। इस पवित्र करवा चौथ दे वर्त नूं सरबजीत सिंह धुंदा वालों पखंड दस्या गया ਅਤੇ ਇਸ ਨਾਲ ਹਰੇਕ ਇਸਤਰੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਹਨਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਹੋ ਜਿਹੇ ਉਕਤ ਵਿਅਕਤੀਆਂ ਕਾਰਨ ਸ਼ਹਿਰ ਦਾ ਮਾਹੌਲ ਖਰਾਬ ਨਾ ਹੋਵੇ। ਇਸ ਲਈ ਅੱਜ ਸਰਬਜੀਤ ਸਿੰਘ ਧੁੰਦਾ ਦੇ ਖਿਲਾਫ ਬਾਂਦੀ ਕਾਨੂੰਨੀ ਕਾਰਵਾਈ ਕਰਨ ਸੰਬੰਧੀ ਇੱਕ ਮੰਗ ਪੱਤਰ SP ਫਗਵਾੜਾ ਨੂੰ ਦਿੱਤਾ ਗਿਆ। ਫਗਵਾੜਾ ਨਿਊਜ਼ TV ਤੋਂ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ। ਸਰ ਕੀ ਮਾਮਲਾ ਜਿਹੜਾ ਇਕੱਠੇ ਹੋਏ ਆਪਾਂ ਅੱਜ? ਮਾਮਲਾ ਇਹ ਹੈ ਕਿ ਕਰਵਾ ਚੌਥ ਤੋਂ ਕੁਝ ਦਿਨ ਪਹਿਲਾਂ ਕਿਸੇ ਪਾਠੀ ਨੇ ਜੋ ਕਰਵਾ ਚੌਧ ਤੇ ਉੱਤੇ ਗਲਤ ਟਿੱਪਣੀ ਕੀਤੀ ਹੈ ਤੇ ਕਰਵਾ ਚੌਧ ਦੇ ਪਖੰਡ ਇਸ ਵਰਤ ਨੂੰ ਪਖੰਡ ਦੱਸੇ ਗਿਆ ਹੈ। ਅਸੀਂ ਉਸ ਮਾਮਲੇ ਦੇ ਅਕੋਰਡਿੰਗ ਅੱਜ SP ਦਫ਼ਤਰ ਆਏ ਹਾਂ ਔਰ ਇਹ ਪੁੱਛਣਾ ਚਾਹੁੰਦੇ ਉਸ ਪਾਠੀ ਨੂੰ ਕੀ ਅਧਿਕਾਰ ਹੈ ਉਹਨੂੰ ਇੰਨਾ ਬੋਲਣ ਦਾ ਕਿਹਨੂੰ ਹੱਕ ਦਿੱਤਾ ਉਹਨੇ ਕਿ ਜੋ ਇਹ ਕਹਿ ਟਿੱਪਣੀ ਗਲਤ ਬੋਲ ਰਿਹਾ। ਇਸ ਟਿੱਪਣੀ ਨਾਲ ਕਿ ਸਾਡੇ ਹਿੰਦੂ ਸਮਾਜ ਨੂੰ ਬਹੁਤ ਵੱਡਾ ਠੇਸ ਪਹੁੰਚਿਆ ਹੈ ਸਾਡੀ ਭਾਵਨਾ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਔਰ ਇਹ ਅਸੀਂ ਕਦਾਪੀ ਬਰਦਾਸ਼ਤ ਨਹੀਂ ਕਰਾਂਗੇ। ਇਹਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਉਹ ਹਿੰਦੂ ਸਮਾਜ ਨੂੰ ਸੁੱਤਾ ਹੋਇਆ ਨਾ ਸਮਝੇ ਇਹਦੇ ਉੱਤੇ ਠੋਸ ਕਦਮ ਉਠਾਇਆ ਜਾਵੇ। ਇਸ ਮਾਮਲੇ ਕੋਈ ਲਿਖਿਤ ਸ਼ਿਕਾਇਤ ਦਿੱਤੀ ਤੁਸੀਂ? ਬਿਲਕੁਲ ਅਸੀਂ ਲਿਖਤੀ ਸ਼ਿਕਾਇਤ ਦਿੱਤੀ ਹੈ ਸਾਡੀ ਸਰਵ ਸ਼ਕਤੀ ਸੈਨਾ ਵੱਲੋਂ ਜਿਹਦੇ ਵਿੱਚ ਬਲਜੀਤ ਦਿਹਾਤੀ ਪ੍ਰਧਾਨ ਜੀ, ਰਾਜੂ ਪ੍ਰਧਾਨ ਜੀ, ਸਿਟੀ ਪ੍ਰਧਾਨ ਜੀ, ਸਾਡੇ ਉੱਤਰੀ ਭਾਰਤ ਰਜਿੰਦਰ ਜੀ, ਵਾਰਡ ਪ੍ਰਧਾਨ ਸੱਤਵੇ ਰਜਿੰਦਰ ਜੀ ਔਰ ਬਾਬਾ ਜੀ ਸਾਡੇ ਨਾਲ ਪੂਰੀ ਸਾਡੀ ਟੀਮ ਨੇ ਲਿਖਤੀ ਰੂਪ ਵਿੱਚ SP ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਹੈ, ਮੰਗ ਪੱਤਰ ਦਿੱਤਾ ਹੈ ਔਰ ਸਾਨੂੰ SP ਸਾਹਿਬ ਨੇ ਪੂਰਾ ਦਿਲਾਸਾ ਦਿੱਤਾ ਹੈ ਕਿ ਇਹਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਏਗੀ ਔਰ ਉਹਨਾਂ ਨੇ ਇਹ ਜੋ ਮੰਗ ਪੱਤਰ ਹੈ ਇਹਨੂੰ ਸਾਈਬਰ ਕ੍ਰਾਈਮ ਨੂੰ ਮਾਰਕ ਕਰ ਦਿੱਤਾ ਹੈ। ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ, ਨੈਵਰ ਮਿਸ ਐਨ ਅਪਡੇਟ।